ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਅੱਜ ਦਾ ਵਲੋਗ ਜਿਹੜਾ ਉਹ ਬਹੁਤ ਸਪੈਸ਼ਲ ਆ ਮੇਰੀ ਫੈਮਿਲੀ ਲਈ, ਅਤੇ ਅੱਜ ਮੇਰੇ ਮੰਮੀ ਪਾਪਾ ਦੀ ਮੈਰਿਜ ਐਨੀਵਰਸਰੀ ਆ, ਅਤੇ ਅਸੀਂ ਉਹਨਾਂ ਨੂੰ ਕੋਈ ਗਿਫਟ ਪਲੈਨ ਕੀਤਾ। ਜਿੱਦਾਂ ਪਾਪਾ ਨੂੰ ਪਤਾ ਪਰ ਮੰਮੀ ਨੂੰ ਨਹੀਂ ਪਤਾ, ਅਤੇ ਮੇਰੇ ਫਾਦਰ ਸਾਹਿਬ ਜਿਹੜੇ ਉਹ ਬਾਹਰ ਆ, ਉਹਨਾਂ ਨੂੰ ਉਹਨਾਂ ਦਾ ਜੋ ਗਿਫਟ ਆ ਉਹ ਤਾਂ ਉਹਨਾਂ ਨੂੰ ਆਇਆਂ ਨੂੰ ਮਿਲੂਗਾ ਇੱਥੇ ਇੰਡੀਆ ਆਇਆ ਤੋਂ, ਅਤੇ ਜੋ ਮੰਮੀ ਦਾ ਅੱਜ ਗਿਫਟ ਆ ਉਹ ਆਪਣਾ ਨੂੰ ਸਰਪ੍ਰਾਈਜ਼ ਹੀ ਆ। ਜਾ ਕੇ ਦੱਸਾਂਗੇ ਕੀ ਲੈ ਕੇ ਆਈ ਗਿਫਟ। ਅਤੇ ਹੁਣ ਆਪਾਂ ਆਏ ਹਾਂ ਜੀ ਕਪੂਰਥਲੇ, ਕੇਕ ਇੱਥੋਂ ਲਵਾਂਗੇ ਆਪਾਂ ਕੋਈ ਬੇਕਰੀ ਤੋਂ। ਅਤੇ ਦੀਦੀ ਇਹ ਜਾ ਕੇ ਆਪਾਂ ਤੁਹਾਨੂੰ ਸਾਰਾ ਦਿਖਾਉਂਦੇ ਹਾਂ, ਅਤੇ ਤੁਹਾਡੇ ਵੀ ਲਈ ਵੀ ਜਿਹੜਾ ਆ ਉਹ ਸਰਪ੍ਰਾਈਜ਼ ਹੀ ਆ ਕੀ ਗਿਫਟ ਮੰਮੀ ਨੂੰ ਆਪਾਂ ਦਿੰਦੇ ਹਾਂ। ਅਸੀਂ ਉਹ ਬਹੁਤ ਸਪੈਸ਼ਲ ਲਿਆ, ਅਤੇ ਅਸੀਂ ਜਿਹੜਾ ਆਪਣੇ ਵੱਲੋਂ ਦਿਆ ਉਹ ਵੀ ਮੰਮੀ ਨੂੰ ਮਿਲੂਗਾ, ਦੋਨੇ ਸੋਚਿਆ ਵੀ ਨਹੀਂ ਹੋਗਾ ਜਿਹੜਾ ਅਸੀਂ ਆਪਦੇ ਵੱਲੋਂ ਲਿਆ ਜਿਹੜਾ, ਅਤੇ ਬਾਕੀ ਜਿਹੜਾ ਉਹ ਪਾਪਾ ਨੂੰ ਦੂਸਰਾ ਗਿਫਟ ਜਿਹੜਾ ਉਹ ਪਾਪਾ ਵੱਲੋਂ ਆ, ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਦੱਸਿਓ ਨਾ ਜੋ ਲੈਣਾ ਉਹ ਲੈ ਕੇ ਘਰ ਦੇ ਦਿਓ ਮੰਮੀ ਨੂੰ। ਬਾਕੀ ਆਪਾਂ ਚੱਲਦੇ ਹਾਂ ਜੀ ਦੁਬਈ ਬੇਕਰੀ ਕਪੂਰਥਲਾ, ਵਧੀਆ ਆ ਇਸ ਜਗ੍ਹਾ, ਇਹ ਮਤਲਬ ਆਪਣੇ ਏਰੀਏ ਦੇ ਵਿੱਚ ਵਧੀਆ ਕੇਕ ਹੁੰਦੇ ਨਾਲੇ, ਕੇਕ ਲੈਂਦੇ ਹਾਂ ਆਪਾਂ ਇੱਥੋਂ। ਬਾਕੀ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ, ਆ ਜਾਓ ਚੱਲੀਏ। ਲਓ ਜੀ ਕੇਕ ਆਪਾਂ ਬਾਏ ਕਰ ਲਿਆ ਰੈੱਡ ਵੈਲਵੇਟ, ਅਤੇ ਹੁਣ ਆਪਾਂ ਘਰੇ ਚੱਲਦੇ ਹਾਂ, ਅਤੇ ਜਾ ਕੇ ਤੁਹਾਨੂੰ ਦਿਖਾਉਂਦੇ ਬਾਕੀ ਦੀ ਵੀਡੀਓ। ਦੇਖਦੇ ਰਹੋ ਐਂਡ ਤੱਕ, ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਦਾ ਲਾਸਟ ਦੇਖਣ ਤੋਂ ਪਹਿਲਾਂ ਕਿ ਗਿਫਟ ਕੀ ਹੋ ਸਕਦਾ, ਆਪਣਾ ਆਪਣਾ ਟਰਾਈ ਕਰਿਓ। ਹਾਂਜੀ ਸੋਰੀ ਆ, ਬੇਕਰੀ ਦੇ ਅੰਦਰ ਥੋੜ੍ਹਾ ਸ਼ੂਟ ਨਹੀਂ ਕਰ ਹੋਇਆ, ਕਿਉਂਕਿ ਉਹ ਕਹਿੰਦੇ ਸਾਡਾ ਕੋਲ ਮਤਲਬ ਪ੍ਰਾਈਵੇਸੀ ਆ ਕਿ ਅਸੀਂ ਤਾਂ ਸ਼ੂਟ ਨਹੀਂ ਅੰਦਰ ਕਰ ਦੇਣ ਸਕਦੇ, ਅਤੇ ਕੇਕ ਵਗੈਰਾ ਕਾਪੀ ਹੋ ਸਕਦੇ, ਅਤੇ ਆਪਾਂ ਉਦਾਂ ਲਿਆ ਰੈੱਡ ਵੈਲਵੇਟ ਕੇਕ, ਬੱਚੇ ਬੱਚੇ ਆ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਹੁਣ ਫਾਦਰ ਸਾਹਿਬ ਨੂੰ ਫੋਨ ਲਾਇਆ ਦੀਦੀ ਨੇ। ਹਾਂਜੀ ਉਹ ਤੁਹਾਡਾ ਫੋਨ ਹੀ ਨਹੀਂ ਲੱਗਦਾ ਸੀਗਾ। ਜਦੋਂ ਗਾਲਾਂ ਪੈਣੀਆਂ, ਅਤੇ ਬਾਕੀ ਪਾਪਾ ਨੂੰ ਪਤਾ ਆਪਾਂ ਕੀ ਗਿਫਟ ਲਿਆ ਆ, ਬਾਕੀ ਪਾਪਾ ਨੂੰ ਨਹੀਂ ਪਤਾ, ਮਾਤਾ ਨੂੰ ਆਪਾਂ ਮਾਤਾ ਨੂੰ ਜਾ ਕੇ ਦਿਖਾਵਾਂਗੇ ਮੇਰੇ ਫਾਦਰ ਸਾਹਿਬ। ਬਾਕੀ ਆਪਾਂ ਅੱਗੇ ਅੱਗੇ ਦੇਖਦੇ ਰਹੋ ਵਲੋਗ, ਦਿਖਾਉਂਦੇ ਤੁਹਾਨੂੰ ਬਾਕੀ ਦਾ ਵੀ ਜਾ ਕੇ ਪ੍ਰੋਗਰਾਮ, ਮਾਤਾ ਦੇ ਕੀ ਇੰਪਰੈਸ਼ਨ ਆ ਉਹ ਵੀ ਤੁਹਾਨੂੰ ਦਿਖਾਵਾਂਗੇ। ਆਪਾਂ ਪਹੁੰਚ ਗਏ ਜੀ ਘਰੇ, ਅਤੇ ਉੱਤੇ ਆਪਣੇ ਚਾਰ ਰੱਖੇ ਹੋਏ, ਤਾਂ ਕਰਕੇ ਮਾਤਾ ਹੁਣ ਮੈਂ ਤਾੜੂਗੀ ਅਤੇ ਫੇਰ ਬੂਆ ਖੁੱਲੂਗਾ, ਅਤੇ ਬਾਕੀ ਆਪਾਂ ਅੱਗੇ ਅੱਗੇ ਦੇਖੀ ਚਲੋ ਸਰਪ੍ਰਾਈਜ਼। ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਦਾ ਲਾਸਟ ਨਾ ਪਹਿਲਾਂ ਦੇਖ ਲਿਓ, ਪਹਿਲਾਂ ਕਮੈਂਟ ਕਰਕੇ ਗੈਸ ਕਰੋ ਕਿ ਗਿਫਟ ਕਿਹੜਾ ਹੋ ਸਕਦਾ ਜੀ। ਅਤੇ ਆਪਾਂ ਆ ਗਏ ਹੁਣ ਘਰ ਵਾਲੀ ਡਰੈਸ 'ਚ, ਚੇਂਜ ਚੂੰਜ ਆਪਾਂ ਕਰ ਲਿਆ, ਅਤੇ ਮਾਤਾ ਵੀ ਉੱਥੇ ਬੈਠੀ ਹੈਗੇ, ਅਤੇ ਉਹਨੂੰ ਹੁਣ ਆਪਾਂ ਕੀਤਾ ਤਿਆਰ। ਅਤੇ ਹੈਪੀ ਮੈਰਿਜ ਐਨੀਵਰਸਰੀ ਅੰਮਾ, ਅਤੇ ਕੇਕ ਚੈੱਕ ਕਰੋ। ਅਤੇ ਪਾਪਾ ਨੂੰ ਹੁਣ ਆਪਾਂ ਲਾਉਂਦੇ ਫੋਨ, ਵੀਡੀਓ ਕਾਲ 'ਤੇ ਕਰਦੇ ਗੱਲਬਾਤ। ਕੱਟੀਏ ਪੱਖਾ ਬੰਦ ਕਰ ਦਈਏ। ਹੈਪੀ ਮੈਰਿਜ ਐਨੀਵਰਸਰੀ ਅੰਮਾ। ਪਾਪਾ ਜੀ ਵੀਡੀਓ ਕਾਲ, ਚਲੋ ਕੱਟੋ ਕੇਕ ਕੱਟੋ। ਅੰਮਾ ਪਹਿਲਾਂ ਮੋਮਬੱਤੀਆਂ ਬਜਾਓ।
ਤੇ ਹੁਣ ਆਪਾਂ ਮਾਤਾ ਨੂੰ ਦਿੰਨੇ ਆ ਗਿਫਟ ਲੈ ਲਿਆਓ ਲੋ ਖੋਲੋ ਪਹਿਲਾਂ ਸਭ ਤੋਂ ਵੱਡਾ ਬਾਕਸ ਖੋਲੋ ਕਿਵੇਂ ਲੱਗੀ ਚਲੋ ਅਗਲਾ ਖੋਲੋ ਹੁਣ ਕਿਵੇਂ ਪਾ ਕੇ ਦੇਖੋ ਸਹੀ ਆਉਂਦੀ ਓਕੇ ਆਈ ਆ ਠੀਕ ਆ ਇਹ ਦੋਨੇ ਗਿਫਟ ਪਾਪਾ ਵੱਲੋਂ ਆ ਪਾਪਾ ਨੂੰ ਸਪੈਸ਼ਲ ਥੈਂਕ ਯੂ ਕਰੋ ਸੋਹਣੇ ਚਲੋ ਜਿੰਨੇ ਜਾਣੇ ਵੀਡੀਓ ਦੇਖਦੇ ਦੱਸਿਓ ਕਿ ਗਿਫਟ ਕਿਵੇਂ ਲੱਗਿਆ ਤੇ ਹੁਣ ਆਪਾਂ ਤੇ ਲਾਸਟ ਵਾਲਾ ਗਿਫਟ ਅਸੀਂ ਆਪਦੇ ਵੱਲੋਂ ਦਿੱਤਾ ਚੱਲ ਪਾ ਕੇ ਦਿਖਾਉਂਦੀ ਮੈਂ ਰੁਕ ਜਾਣ ਦਾ ਲਾਸਟ ਦਿਖਾਈ ਦਿੰਦੇ ਮਾਤਾ ਕਹਿੰਦੀ ਮੈਂ ਪਾ ਕੇ ਦਿਖਾ ਦਵਾਂ ਸਾਰਾ ਕੁਛ ਲਓ ਜੀ ਮਾਤਾ ਕਹਿੰਦੀ ਮੈਂ ਪਾ ਕੇ ਵੀ ਦੇਖ ਲਵਾਂਗੇ ਕਿਵੇਂ ਲੱਗਦੇ ਕਮੈਂਟ ਕਰਕੇ ਦੱਸਿਓ ਕਿ ਗਿਫਟ ਜਿਹੜੇ ਉਹ ਤੁਹਾਨੂੰ ਕਿਵੇਂ ਲੱਗੇ ਤੇ ਬਾਕੀ ਆਪਾਂ ਹੁਣ ਕੇਕ ਖਾ ਲਈਏ ਤੇ ਇਹ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਅਗਰ ਪਸੰਦ ਆਇਆ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਵੀ ਘੈਂਟ ਘੈਂਟ ਅੱਗੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਵਲੌਗ ਲੈ ਕੇ ਆਉਂਦੇ ਰਹਾਂਗੇ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਦਿਓ ਥੈਂਕ ਯੂ ਜੀ ਵਲੌਗ ਦੇਖਣ ਲਈ